ਸੰਤ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਖਰੀ ਸਾਹ ਲਏ ਨੇ। ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੀ ਯਾਦ ਵਿੱਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ, ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਨੇ, ਜਿਸ ਦੇ ਵਿੱਚ ਉਹ ਆਪਣੇ ਪਰਿਵਾਰ ਸਮੇਤ ਬਾਬਾ ਰਾਮ ਸਿੰਘ ਜੀ ਦਾ ਆਸ਼ੀਰਵਾਦ ਲੈ ਰਹੇ ਨੇ। ਉਹਨਾਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਕੱਲ੍ਹ ਮੈਂ ਆਪਣੇ ਜੀਵਨ ਦੀ ਇੱਕ ਮਹਾਨ ਹਸਤੀ ਨੂੰ ਅਲਵਿਦਾ ਕਹਿ ਦਿੱਤਾ। ਮੇਰੇ ਪਿਆਰੇ ਬਾਬਾ ਰਾਮ ਸਿੰਘ ਜੀ, ਉਹ ਮੇਰੇ ਮਾਰਗਦਰਸ਼ਕ, ਮੇਰੇ ਸਲਾਹਕਾਰ ਅਤੇ ਪਿਤਾ ਦੀ ਸ਼ਖਸੀਅਤ ਸੀ, ਜਿਨ੍ਹਾਂ ਦੀ ਮੌਜੂਦਗੀ ਸ਼ਾਂਤੀ ਅਤੇ ਸਹੀ ਦਿਸ਼ਾ ਦਾ ਨਿਰੰਤਰ ਸਰੋਤ ਸੀ। ਉਹ ਸਭ ਤੋਂ ਹਨੇਰੇ ਪਲਾਂ ਵਿੱਚ ਉਹ ਰੌਸ਼ਨੀ ਸੀ, ਜਿਨ੍ਹਾਂ ਨੇ ਮੈਨੂੰ ਅੱਗੇ ਦਾ ਰਸਤਾ ਦਿਖਾਇਆ, ਮਾਰਗਾਂ ਨੂੰ ਪ੍ਰਕਾਸ਼ਮਾਨ ਕੀਤਾ ਜੋ ਮੈਂ ਆਪਣੇ ਆਪ ਨਹੀਂ ਲੱਭ ਸਕਦਾ ਸੀ। ਉਹਨਾਂ ਦੀ ਬੁੱਧੀ ਮੇਰੀ ਮਾਰਗਦਰਸ਼ਕ ਰੌਸ਼ਨੀ ਸੀ ਅਤੇ ਉਹਨਾਂ ਦੀ ਦਿਆਲਤਾ ਸੰਸਾਰ ਵਿੱਚ ਚੰਗਿਆਈ ਦੀ ਯਾਦ ਦਿਵਾਉਂਦੀ ਹੈ। ਮੇਰੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਗਾਇਬ ਹੋ ਗਿਆ, ਉਹ ਯਾਦਾਂ ਛੱਡ ਕੇ ਜੋ ਮੈਂ ਹਮੇਸ਼ਾ ਦੇ ਲਈ ਸੰਭਾਲ ਕੇ ਰੱਖਾਂਗਾ। ਬਾਬਾ ਜੀ ਦੀ ਰਹਿਮਤ ਨੇ ਮੇਰੇ ਵਰਗੇ ਅਣਗਿਣਤ ਲੋਕਾਂ ਨੂੰ ਅਸੀਸ ਦਿੱਤੀ। ਉਹਨਾਂ ਕੋਲ ਦੂਜਿਆਂ ਦੇ ਦਰਦ ਨੂੰ ਆਪਣਾ ਬਣਾਉਣ ਦੀ ਵਿਲੱਖਣ ਯੋਗਤਾ ਸੀ। ਕਿਸੇ ਵੀ ਲੋੜਵੰਦ ਨੂੰ ਦਿਲਾਸਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਸੀ। ਮੈਂ ਉਹਨਾਂ ਸਾਲਾਂ ਲਈ ਸ਼ੁਕਰਗੁਜ਼ਾਰ ਹਾਂ ਜੋ ਅਸੀਂ ਸਾਂਝੇ ਕੀਤੇ ਨੇ ਅਤੇ ਉਹਨਾਂ ਨੇ ਮੇਰੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਬਾਬਾ ਜੀ, ਤੁਹਾਡੀ ਜੋਤ ਸਦਾ ਮੇਰੇ ਹਿਰਦੇ ਵਿੱਚ ਚਮਕਦੀ ਰਹੇਗੀ। ਸੋ ਇਹ ਪੋਸਟ ਆ ਜਿਹੜੀ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ। ਦੱਸਦੀ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਦੁਫੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਮੋਹਾਲੀ ਦੇ ਇੱਕ ਹਸਪੀਟਲ ਦੇ ਵਿੱਚ ਆਖਰੀ ਸਾਹ ਲਏ ਨੇ। ਬਾਬਾ ਰਾਮ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ, ਇਲਾਜ ਦੇ ਦੌਰਾਨ ਉਹਨਾਂ ਦਾ ਦੇਹਾਂਤ ਹੋਇਆ। 26 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਉਹਨਾਂ ਦੀ ਦੇਹ ਨੂੰ 5 ਤੱਤਾਂ ਦੇ ਵਿੱਚ ਵਲੀਨ ਕੀਤਾ ਜਾਵੇਗਾ। ਸੋ ਉਹਨਾਂ ਨੂੰ ਯਾਦ ਕਰਦੇ ਹੋਏ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਹੋਰਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ, ਕੁਝ ਫੋਟੋਆਂ ਉਹਨਾਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਔਰ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਦਿਖਾਈ ਦੇ ਰਹੇ ਨੇ। ਸੰਤ ਬਾਬਾ ਰਾਮ ਸਿੰਘ ਗੰਡੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਮੋਹਾਲੀ ਦੇ ਇੱਕ ਪ੍ਰਾਈਵੇਟ ਹਸਪੀਟਲ ਦੇ ਵਿੱਚ ਆਖਰੀ ਸਾਹ ਲਏ ਨੇ। ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦੀ ਯਾਦ ਵਿੱਚ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਨੇ ਇੱਕ ਪੋਸਟ ਸਾਂਝੀ ਕੀਤੀ, ਕੁਝ ਫੋਟੋਆਂ ਵੀ ਸ਼ੇਅਰ ਕੀਤੀਆਂ ਨੇ, ਜਿਸ ਦੇ ਵਿੱਚ ਉਹ ਆਪਣੇ ਪਰਿਵਾਰ ਸਮੇਤ ਬਾਬਾ ਰਾਮ ਸਿੰਘ ਜੀ ਦਾ ਆਸ਼ੀਰਵਾਦ ਲੈ ਰਹੇ ਨੇ। ਉਹਨਾਂ ਸੋਸ਼ਲ ਮੀਡੀਆ 'ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ, ਕੱਲ੍ਹ ਮੈਂ ਆਪਣੇ ਜੀਵਨ ਦੀ ਇੱਕ ਮਹਾਨ ਹਸਤੀ ਨੂੰ ਅਲਵਿਦਾ ਕਹਿ ਦਿੱਤਾ। ਮੇਰੇ ਪਿਆਰੇ ਬਾਬਾ ਰਾਮ ਸਿੰਘ ਜੀ, ਉਹ ਮੇਰੇ ਮਾਰਗਦਰਸ਼ਕ, ਮੇਰੇ ਸਲਾਹਕਾਰ ਅਤੇ ਪਿਤਾ ਦੀ ਸ਼ਖਸੀਅਤ ਸੀ, ਜਿਨ੍ਹਾਂ ਦੀ ਮੌਜੂਦਗੀ ਸ਼ਾਂਤੀ ਅਤੇ ਸਹੀ ਦਿਸ਼ਾ ਦਾ ਨਿਰੰਤਰ ਸਰੋਤ ਸੀ। ਉਹ ਸਭ ਤੋਂ ਹਨੇਰੇ ਪਲਾਂ ਵਿੱਚ ਉਹ ਰੌਸ਼ਨੀ ਸੀ, ਜਿਨ੍ਹਾਂ ਨੇ ਮੈਨੂੰ ਅੱਗੇ ਦਾ ਰਸਤਾ ਦਿਖਾਇਆ, ਮਾਰਗਾਂ ਨੂੰ ਪ੍ਰਕਾਸ਼ਮਾਨ ਕੀਤਾ ਜੋ ਮੈਂ ਆਪਣੇ ਆਪ ਨਹੀਂ ਲੱਭ ਸਕਦਾ ਸੀ। ਉਹਨਾਂ ਦੀ ਬੁੱਧੀ ਮੇਰੀ ਮਾਰਗਦਰਸ਼ਕ ਰੌਸ਼ਨੀ ਸੀ ਅਤੇ ਉਹਨਾਂ ਦੀ ਦਿਆਲਤਾ ਸੰਸਾਰ ਵਿੱਚ ਚੰਗਿਆਈ ਦੀ ਯਾਦ ਦਿਵਾਉਂਦੀ ਹੈ। ਮੇਰੀ ਜ਼ਿੰਦਗੀ ਦਾ ਇੱਕ ਜ਼ਰੂਰੀ ਹਿੱਸਾ ਗਾਇਬ ਹੋ ਗਿਆ, ਉਹ ਯਾਦਾਂ ਛੱਡ ਕੇ ਜੋ ਮੈਂ ਹਮੇਸ਼ਾ ਦੇ ਲਈ ਸੰਭਾਲ ਕੇ ਰੱਖਾਂਗਾ।
ਬਾਬਾ ਜੀ ਦੀ ਰਹਿਮਤ ਨੇ ਮੇਰੇ ਵਰਗੇ ਅਣਗਿਣਤ ਲੋਕਾਂ ਨੂੰ ਅਸੀਸ ਦਿੱਤੀ। ਉਹਨਾਂ ਕੋਲ ਦੂਜਿਆਂ ਦੇ ਦਰਦ ਨੂੰ ਆਪਣਾ ਬਣਾਉਣ ਦੀ ਵਿਲੱਖਣ ਯੋਗਤਾ ਸੀ। ਕਿਸੇ ਵੀ ਲੋੜਵੰਦ ਨੂੰ ਦਿਲਾਸਾ ਅਤੇ ਮਾਰਗਦਰਸ਼ਨ ਪ੍ਰਦਾਨ ਕਰਦੇ ਸੀ। ਮੈਂ ਉਹਨਾਂ ਸਾਲਾਂ ਲਈ ਸ਼ੁਕਰਗੁਜ਼ਾਰ ਹਾਂ ਜੋ ਅਸੀਂ ਸਾਂਝੇ ਕੀਤੇ ਨੇ ਅਤੇ ਉਹਨਾਂ ਨੇ ਮੇਰੇ ਜੀਵਨ 'ਤੇ ਡੂੰਘਾ ਪ੍ਰਭਾਵ ਪਾਇਆ ਹੈ। ਬਾਬਾ ਜੀ, ਤੁਹਾਡੀ ਜੋਤ ਸਦਾ ਮੇਰੇ ਹਿਰਦੇ ਵਿੱਚ ਚਮਕਦੀ ਰਹੇਗੀ। ਸੋ ਇਹ ਪੋਸਟ ਆ ਜਿਹੜੀ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੇ ਵੱਲੋਂ ਸਾਂਝੀ ਕੀਤੀ ਗਈ। ਦੱਸਦੀ ਹੈ ਕਿ ਸ਼੍ਰੀ ਫਤਿਹਗੜ੍ਹ ਸਾਹਿਬ ਦੇ ਵਿੱਚ ਗੁਰਦੁਆਰਾ ਟਾਹਲੀ ਸਾਹਿਬ ਦੁਫੇੜਾ ਸਾਹਿਬ ਦੇ ਮੁਖੀ ਸੰਤ ਬਾਬਾ ਰਾਮ ਸਿੰਘ ਜੀ ਗੰਡੂਆਂ ਵਾਲਿਆਂ ਦਾ ਦੇਹਾਂਤ ਹੋ ਗਿਆ। ਉਹਨਾਂ ਨੇ ਮੋਹਾਲੀ ਦੇ ਇੱਕ ਹੋਸਪਿਟਲ ਦੇ ਵਿੱਚ ਆਖਰੀ ਸਾਹ ਲਏ ਨੇ। ਬਾਬਾ ਰਾਮ ਸਿੰਘ ਜੀ ਕਾਫੀ ਲੰਬੇ ਸਮੇਂ ਤੋਂ ਬਿਮਾਰ ਚੱਲ ਰਹੇ ਸੀ। ਇਲਾਜ ਦੇ ਦੌਰਾਨ ਉਹਨਾਂ ਦਾ ਦੇਹਾਂਤ ਹੋਇਆ। 26 ਮਈ ਦਿਨ ਐਤਵਾਰ ਨੂੰ ਗੁਰਦੁਆਰਾ ਟਾਹਲੀ ਸਾਹਿਬ ਵਿਖੇ ਉਹਨਾਂ ਦੀ ਦੇਹ ਨੂੰ 5 ਤੱਤਾਂ ਦੇ ਵਿੱਚ ਵਲੀਨ ਕੀਤਾ ਜਾਵੇਗਾ। ਸੋ ਉਹਨਾਂ ਨੂੰ ਯਾਦ ਕਰਦੇ ਹੋਏ ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਹੋਰਾਂ ਦੇ ਵੱਲੋਂ ਪੋਸਟ ਸਾਂਝੀ ਕੀਤੀ ਗਈ। ਕੁਝ ਫੋਟੋਆਂ ਉਹਨਾਂ ਦੇ ਨਾਲ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਔਰ ਬਾਬਾ ਜੀ ਦਾ ਆਸ਼ੀਰਵਾਦ ਲੈਂਦੇ ਹੋਏ ਦਿਖਾਈ ਦੇ ਰਹੇ ਨੇ।